ਹਾਂਜੀ ਦੋਸਤੋ ਅੱਜ ਤੁਹਾਨੂੰ ਸਾਰਿਆਂ ਨੂੰ ਇਹ ਪਤਾਗਾ ਵੀ ਦਸਹਿਰਾਗਾ ਤੇ ਲਗਭਗ ਸਭ ਨੂੰ ਪਤਾ ਵੀ ਦਸਹਿਰੇ ਵਾਲ ਦਿਨ ਕੀ ਹੁੰਦਾਗਾ ਰਾਵਣ ਜਿਹੜਾ ਉਹਨੂੰ ਅਗਨੀ ਪੇਟ ਕਰਿਆ ਜਾਂਦਾ ਹਰ ਸਾਲ ਪਰ ਮੈਂ ਇਹ ਚੀਜ਼ ਨੂੰ ਗਲਤ ਸਮਝਦਾਗਾ ਕਿਉਂਕਿ ਰਾਵਣ ਐਡਾ ਮਾੜਾ ਬੰਦਾ ਨਹੀਂ ਸੀਗਾ ਵੀ ਹਰ ਸਾਲ ਉਸ ਦਾ ਪਤਲਾ ਜਿਹੜਾ ਜਲਾਇਆ ਜਾਵੇ ਜੇ ਆਪਾਂ ਦੇਖੀ ਤਾਂ ਅੱਜ ਦੇ ਸਮੇਂ ਦੇ ਵਿੱਚ ਰਾਵਣ ਤੋਂ ਵੀ ਵੱਡੇ ਰਾਵਣ ਨੇਗੇ ਹਰ ਇੱਕ ਦੇ ਅੰਦਰ ਰਾਵਣ ਵਸਿਆ ਹੋਇਆ ਹੈਗਾ। ਰਾਵਣ ਨੇ ਕੀ ਕਰਿਆ ਸੀਗਾ ਸੀਤਾ ਦਾ ਪਹਰਨ ਜ਼ਰੂਰ ਕਰਿਆ ਸੀਗਾ ਪਰ ਉਸ ਨੇ ਸੀਤਾ ਨੂੰ ਟੱਚ ਤੱਕ ਨਹੀਂ ਜਿਗਰਿਆ। ਆਪਣੇ ਮਹਿਲ ਤੋਂ ਵੀ ਦੂਰ ਰੱਖਿਆ ਸੀਗਾ। ਪਰ ਅੱਜ ਕੱਲ੍ਹ ਦੇ ਲੋਕ ਰਾਵਣ ਤੋਂ ਵੀ ਭੈੜੇ ਨੇ। ਕਿਉਂਕਿ ਅੱਜ ਕੱਲ੍ਹ ਹਰ ਬੰਦਾ ਬਾਰੋ ਰਾਮ ਦਿਖ ਰਿਹਾ ਹੈ ਅੰਦਰੋਂ ਰਾਵਣ ਹੈ। ਬਾਕੀ ਮੈਂ ਨਾ ਦਾ ਰਾਵਣ ਆ ਰਾਮ ਨੂੰ ਭਗਵਾਨ ਮੰਨਦਾਗਾ ਤੇ ਨਾ ਹੀ ਰਾਵਣ ਨੂੰ ਸ਼ੈਤਾਨ ਮੰਨਦਾਗਾ ਇਸ ਦਾ ਵੀ ਕਾਰਨ ਆਗਾ ਇਸ ਦਾ ਕਾਰਨ ਇਹ ਆ ਕਿਉਂਕਿ ਆਪਣੀ ਘਰ ਵਾਲੀ ਦੀ ਅਗਨੀ ਪ੍ਰੀਖਿਆ ਲੈਣ ਵਾਲਾ ਕਦੇ ਭਗਵਾਨ ਨਹੀਂ ਹੋ ਸਕਦਾ ਤੇ ਆਪਣੀ ਭੈਣ ਦਾ ਬਦਲਾ ਲੈਣ ਵਾਲਾ ਕੋਈ ਬੰਦਾ ਸ਼ੈਤਾਨ ਨਹੀਂ ਸਕਦਾ ਰਾਵਣ ਨੇ ਜੋ ਕੀਤਾ ਸੀਗਾ ਆਪਣੀ ਭੈਣ ਦਾ ਬਦਲਾ ਲੈਣ ਲਈ ਕੀਤਾ ਸੀਗਾ ਹੁਣ ਤੁਸੀਂ ਇਹ ਗੱਲ ਆਪਣੇ ਦੀ ਲਾ ਕੇ ਦੇਖ ਲਓ ਉਸ ਸਮੇਂ ਰਾਮ ਲਕਸ਼ਮਣ ਨੇ ਰਾਵਣ ਦੀ ਭੈਣ ਦਾ ਜਿਹੜਾ ਨੱਕ ਸੀਗਾ ਉਹ ਕੱਟ ਦਿੱਤਾ ਸੀਗਾ ਜਿਸ ਕਾਰਨ ਰਾਵਣ ਨੇ ਗੁੱਸੇ ਵਿੱਚ ਆ ਕੇ ਆ ਰਾਮਚੰਦਰ ਦੀ ਘਰ ਵਾਲੀ ਸੀਤਾ ਦਾ ਪਹਾਰਨ ਕੀਤਾ ਸੀਗਾ ਜੇ ਇਹ ਹੀ ਚੀਜ਼ ਅੱਜ ਆਪਣੇ ਨਾਲ ਹੋਵੇ ਮੰਨ ਕੇ ਚੱਲੋ ਆਪਣੇ ਕਿਸੇ ਘਰ ਦੀ ਧੀ ਭੈਣ ਦਾ ਕੋਈ ਨੱਕ ਕੱਟ ਦੇ ਜਾਂ ਕੁਝ ਮਾੜੀ ਮੋਟੀ ਵੀ ਗੱਲ ਕਹਿ ਦੇਵੇ ਤਾਂ ਆਪਾਂ ਵੀ ਉਹੀ ਕੁਝ ਕਰਾਂਗੇ ਜੋ ਰਾਵਣ ਨੇ ਕੀਤਾ ਸੀ ਸ਼ਾਇਦ ਆਪਾਂ ਉਸ ਤੋਂ ਵੀ ਜ਼ਿਆਦਾ ਕਰੀਏ ਮੈਨੂੰ ਨਹੀਂ ਲੱਗਦਾ ਵੀ ਰਾਵਣ ਦਾ ਪਤਲਾ ਫੂਕਣਾ ਸਹੀ ਗੱਲ ਆ ਗਈ ਬਾਕੀ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀ ਰਾਵਣ ਦਾ ਪਤਲਾ ਫੂਕਣਾ ਸਹੀ ਗੱਲ ਆ ਕਿ ਨਹੀਂ ਤੇ ਇਹ ਵੀ ਗੱਲ ਦੱਸਿਓ ਵੀ ਰਾਵਣ ਗਲਤ ਬੰਦਾ ਸੀ ਕਿ ਸਹੀ ਬੰਦਾ ਸੀਗਾ ਮੇਰੇ ਮੇਰੀ ਨਜ਼ਰ ਚ ਉਹ ਇੱਕ ਵਧੀਆ ਰਾਜਾ ਸੀਗਾ ਵਧੀਆ ਸ਼ਾਸਕ ਸੀਗਾ ਅੱਜ ਕੱਲ ਜੇ ਆਪਾਂ ਦੇਖੀਦਾ ਕੋਈ ਰਾਵਣ ਦੇ ਪੈਰ ਵਰਗਾ ਵੀ ਨਹੀਂ ਤੇ ਆਪਾਂ ਸਮਝ ਲਓ ਰਾਵਣ ਦਾ ਪুতਲਾ ਫੂਕਦੇ ਆਂ ਰਾਵਣ ਦੇ ਪুতਲੇ ਨੂੰ ਅੱਗ ਲਾਉਣ ਤੋਂ ਪਹਿਲਾਂ ਆਪਾਂ ਆਪਣੇ ਅੰਦਰ ਝਾਤੀ ਮਾਰੋ ਵੀ ਆਪ ਆਪ ਕਿੰਨੇ ਕੁ ਸੱਚੇ ਆਂ ਪਹਿਲਾਂ ਆਪਾਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰੋ ਫਿਰ ਰਾਵਣ ਦੇ ਬਦਲੇ ਨੂੰ ਅੱਗ ਲਾਓ। ਵੈਸੇ ਮੈਂ ਨਹੀਂ ਮੰਨਦਾ ਵੀ ਰਾਵਣ ਦੇ ਬਦਲੇ ਨੂੰ ਅੱਗ ਲਾਉਣੀ ਚਾਹੀਦੀ ਹੈਗੀ। ਬਾਕੀ ਤੁਸੀਂ ਕਮੈਂਟਾਂ ਰਾਹੀਂ ਜਰੂਰ ਦੱਸੋ। ਮਿੱਟੋ ਹੱਡੀ ਕੀ ਰਹਿ ਹੈਗੀ ਤੇ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ, ਸ਼ੇਅਰ, ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਮੈਂਟ ਜਰੂਰ ਕਰਿਓ ਵੀ ਤੁਹਾਨੂੰ ਆਪਣੀ ਇਹ ਵੀਡੀਓ ਕਿਦਾਂ ਦੀ ਲੱਗੀ। ਬਹੁਤ-ਬਹੁਤ ਧੰਨਵਾਦ।